ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਇੱਕ ਨੌਜਵਾਨ ਕਿਸਾਨ ਕੌਸ਼ਲ ਸਿੰਘ ਦੀ ਇੱਕ ਪਹਿਲ ਸਦਕਾ ਇੱਥੋਂ ਦੀਆਂ ਕਈ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਮਿਲ ਗਿਆ। ਕੌਸ਼ਲ ਸਿੰਘ ਖੁਦ ਤਾਂ ਇੱਕ ਕਾਮਯਾਬ ਕਾਰੋਬਾਰੀ ਬਣ ਕੇ ਉਭਰੇ ਹੀ ਹਨ, ਨਾਲ ਹੀ ਉਹਨਾਂ ਨੇ ਪਿੰਡ ਦੇ ਕਈ ਲੋਕਾਂ ਲਈ ਵੀ ਮੌਕੇ ਖੋਲ੍ਹੇ ਹਨ। ਕਰੀਬ 9 ਸਾਲ ਪਹਿਲਾਂ ਕੌਸ਼ਲ ਸਿੰਘ ਨੇ ਗੁੜ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ, ਜੋ ਕਿ ਅੱਜ ਇੱਕ ਵੱਡੇ ਯੂਨਿਟ ਵਿੱਚ ਤਬਦੀਲ ਹੋ ਗਿਆ। ਇੱਥੋਂ ਤੱਕ ਕਿ ਪਿੰਡ ਪੱਧਰ ਉੱਤੇ ਬਣਾਇਆ ਜਾ ਰਿਹਾ ਇਹ ਗੁੜ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਵਿਕ ਰਿਹਾ। ਕੌਸ਼ਲ ਸਿੰਘ ਨੇ ਅਜੇ 12ਵੀਂ ਦੀ ਪੜ੍ਹਾਈ ਹੀ ਪੂਰੀ ਕੀਤੀ ਸੀ ਕਿ ਖੇਤੀ ਨਾਲ ਜੁੜੇ ਕੁਝ ਹਾਲਾਤਾਂ ਨੇ ਉਹਨਾਂ ਨੂੰ ਇਸ ਪਾਸੇ ਜਾਣ ਦੀ ਰਾਹ ਵਿਖਾਈ, ਤੇ ਫਿਰ BSc ਐਗਰੀਕਲਚਰ ਦੀ ਪੜ੍ਹਾਈ ਕਰਦੇ ਕਰਦੇ ਇੱਕ ਵੱਡਾ ਕਾਰੋਬਾਰ ਖੜਾ ਕਰ ਲਿਆ। ਸਾਡੀ ਜਿਹੜੀ ਬੈਲਟ ਹੈ ਗੁਰਦਾਸਪੁਰ ਬੈਲਟ, ਇਹ ਜ਼ਿਆਦਾਤਰ ਗੰਨੇ ਦੀ ਸ਼ੂਗਰ ਕੇਨ ਦੀ ਬੈਲਟ ਹੈ, ਅਤੇ ਇੱਥੇ 2014 ਤੋਂ ਬਾਅਦ ਸਭ ਤੋਂ ਵੱਧ ਪ੍ਰੋਬਲਮ ਆਉਣੀ ਸ਼ੁਰੂ ਹੋਈ ਕਿ ਸ਼ੂਗਰ ਮਿਲਸ ਤੋਂ ਪੇਮੈਂਟ ਆਉਣੀ ਜਿਹੜੀ ਉਹ ਡਿਲੇ ਕਰਨੀ ਸ਼ੁਰੂ ਕਰਤੀ, ਕਿਉਂਕਿ ਸ਼ੂਗਰ ਕੇਨ ਦੀ ਕ੍ਰੋਪ ਸਾਲ ਦੀ ਹੁੰਦੀ ਹੈ ਅਤੇ ਸਾਲ ਹੀ ਸ਼ੂਗਰ ਮਿਲ ਵੱਲੋਂ ਪੇਮੈਂਟ ਡਿਲੇ ਕੀਤੀ ਜਾਂਦੀ ਸੀ। 2 ਸਾਲ ਬਿਨਾਂ ਪੈਸੇ ਤੋਂ ਖੇਤੀ ਕਰਨੀ ਬਹੁਤ ਔਖੀ ਸੀਗੀ, ਅਤੇ ਉਦੋਂ ਮੈਂ ਆਪਣੀ +2 ਕੰਪਲੀਟ ਕੀਤੀ ਸੀ ਅਤੇ ਮੈਂ ਸੋਚਿਆ ਕਿ ਕਿਉਂ ਨਾ ਆਪਣਾ ਮਤਲਬ ਸਾਡੇ ਕੋਲ ਰਿਸੋਰਸ ਹੈਗਾ, ਗੰਨਾ ਹੈਗਾ, ਜਗ੍ਹਾ ਹੈਗੀ, ਅਤੇ ਇਹਨੂੰ ਗੁੜ ਸ਼ੱਕਰ ਬਣਾ ਕੇ ਅਤੇ ਆਪਾਂ ਗੰਨੇ ਨੂੰ ਵੇਚਣਾ ਸ਼ੁਰੂ ਕਰੀਏ। ਅਤੇ ਸਟਾਰਟ ਮੈਂ ਬਹੁਤ ਹੀ ਛੋਟੇ ਜਿਹੇ ਕੰਮ ਤੋਂ ਕੀਤਾ ਸੀ, ਆਪਣਾ 1 ਕਿੱਲਾ 1.5 ਕਿੱਲਾ ਪੈਲੀ ਦਾ ਜਿਹੜਾ ਸੀ ਗੁੜ ਬਣਾ ਕੇ ਅਤੇ ਉਹ ਪਿੰਡ ਦੇ ਵਿੱਚ ਹੀ ਵੇਚਿਆ ਸੀਗਾ। ਫਿਰ ਹੌਲੀ ਹੌਲੀ ਆਪਣੇ ਪੈਲੀ ਵੀ ਜਿਹੜੀ ਸੀ ਉਹ ਸਾਰੀ ਜਿਹੜੀ ਆ ਆਪਣੇ ਗੁੜ ਸ਼ੱਕਰ ਬਣਾ ਕੇ ਵੇਚਣਾ ਸ਼ੁਰੂ ਕਰਤਾ। ਕੌਸ਼ਲ ਸਿੰਘ ਦੀ ਯੂਨਿਟ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਪਿੰਡ ਦੇ ਹੀ ਹਨ। ਪਿੰਡ ਦੇ ਮਰਦ ਗੁੜ ਅਤੇ ਗੁੜ ਤੋਂ ਹੋਰ ਉਤਪਾਦ ਬਣਾਉਣ ਦਾ ਕੰਮ ਕਰਦੇ ਹਨ ਅਤੇ ਔਰਤਾਂ ਪੈਕਿੰਗ ਯੂਨਿਟ ਵਿੱਚ ਹੱਥ ਵਟਾ ਰਹੀਆਂ ਹਨ। ਕੌਸ਼ਲ ਸਿੰਘ ਦੱਸਦੇ ਹਨ ਕਿ ਔਰਤਾਂ ਨੂੰ ਕੰਮ ਦੇਣ ਦਾ ਸੁਝਾਅ ਉਹਨਾਂ ਨੂੰ ਆਪਣੀ ਮਾਂ ਤੋਂ ਮਿਲਿਆ। ਸਾਡੇ ਯੂਨਿਟ ਦੇ ਵਿੱਚ ਜਿਹੜਾ ਪੈਕਿੰਗ ਯੂਨਿਟ ਹੈ ਜਿੱਥੇ ਗੁੜ ਬਣਾਉਣ ਵਿੱਚ, ਤਾਂ ਚਲੋ ਮੇਲ ਨੇ ਸਾਰਾ ਸਟਾਫ, ਜਿਹੜਾ ਪੈਕਿੰਗ ਕਰਦਾ ਉਹ ਸਾਰੇ ਪਿੰਡ ਦੀਆਂ ਔਰਤਾਂ ਹੀ ਨੇ। ਮੇਰੇ ਮਦਰ ਸ਼ੁਰੂ ਤੋਂ ਕਹਿੰਦੇ ਸੀ ਕਿ ਪਿੰਡਾਂ ਦੇ ਵਿੱਚ ਔਰਤਾਂ ਨੂੰ ਓਪਰਚੁਨਿਟੀਜ਼ ਬਹੁਤ ਘੱਟ ਹੁੰਦੀਆਂ ਕਿ ਹਸਬੈਂਡ ਕਮਾ ਸਕਦੇ ਆ ਪਰ ਔਰਤਾਂ ਕਮਾ ਨਹੀਂ ਸਕਦੀਆਂ, ਉਹਨਾਂ ਕੋਲੋਂ ਸਿਲਾਈ ਕਢਾਈ ਤੋਂ ਇਲਾਵਾ ਹੋਰ ਕੋਈ ਕਿੱਤਾ ਹੀ ਨਹੀਂ ਬਚਦਾ। ਉਦੋਂ ਮੇਰੇ ਦਿਮਾਗ 'ਚ ਇਹ ਵੀ ਆਉਂਦਾ ਸੀ ਕਿ ਪਿੰਡਾਂ ਦੇ ਵਿੱਚ ਵੀ ਆਪਾਂ ਜੇ ਇਹੋ ਜਿਹੇ ਛੋਟੇ ਯੂਨਿਟ ਛੋਟੀ ਇੰਡਸਟਰੀ ਲਾ ਕੇ ਔਰਤਾਂ ਨੂੰ ਰੁਜ਼ਗਾਰ ਦੇ ਪਾਈਏ ਤਾਂ ਉਹਨਾਂ ਦੀ ਜਿਹੜੀ ਇਨਕਮ ਆ ਸਿੱਧੀ ਘਰ ਦੀ ਡਬਲ ਹੀ ਹੋ ਜਾਂਦੀ ਹੈ। ਅਤੇ ਉਦੋਂ ਮੈਂ ਸੋਚਿਆ ਸੀ ਕਿ ਚਾਹੇ ਔਰਤਾਂ ਮਤਲਬ ਜਿਹੜੀਆਂ ਆ ਪਿੰਡ 'ਚੋਂ ਹੀ ਕੰਮ ਕਰਾਉਣਾ, ਔਰਤਾਂ ਤੋਂ ਹੀ ਕੰਮ ਕਰਾਉਣਾ, ਅਤੇ ਇਹ ਜੇ ਸਾਡੇ ਕੋਲ ਕਈ ਵਾਰ ਸਟਾਫ ਦੀ ਕਮੀ ਹੋ ਜਾਂਦੀ ਆ, ਇਹ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੇ ਆ, ਆਪਣੇ ਗੁਆਂਢੀਆਂ ਨੂੰ ਕਹਿੰਦੇ ਕਿ ਉਹ ਕੰਮ ਕਰਨ ਚੱਲੀਏ, ਸੋ ਮਿਲ ਕੇ ਮਤਲਬ ਕੰਮ ਕਰਦੇ ਆ ਅਤੇ ਬਹੁਤ ਵੱਡਾ ਕਾਰਨ ਆ ਗਰੋਥ ਦਾ ਇਹਨਾਂ ਦਾ। ਇਸੇ ਪਿੰਡ ਦੇ ਗੁਰਵਿੰਦਰ ਕੌਰ ਕੌਸ਼ਲ ਸਿੰਘ ਦੇ ਯੂਨਿਟ ਵਿੱਚ ਹੀ ਕੰਮ ਕਰਦੇ ਹਨ। ਕਾਰੋਬਾਰ ਜਦੋਂ ਦਾ ਸ਼ੁਰੂ ਹੋਇਆ ਉਦੋਂ ਤੋਂ ਹੀ ਉਹ ਕੌਸ਼ਲ ਸਿੰਘ ਨਾਲ ਜੁੜੇ ਹੋਏ ਹਨ। ਇੱਥੇ ਉਹ ਘਰ ਵਾਂਗ ਮਹਿਸੂਸ ਕਰਦੇ ਹਨ ਅਤੇ ਦੱਸਦੇ ਹਨ ਕਿ ਆਪਣੇ ਘਰ ਦੀਆਂ ਬਹੁਤ ਸਾਰੀਆਂ ਲੋੜਾਂ ਉਹ ਇੱਥੋਂ ਹੀ ਪੂਰੀਆਂ ਕਰਦੇ ਹਨ। ਬਹੁਤ ਵਧੀਆ, ਸਾਰਿਆਂ ਵਾਸਤੇ ਹੀ ਰੁਜ਼ਗਾਰ ਮਿਲਿਆ ਹੋਇਆ, ਸਾਰਿਆਂ ਨੂੰ ਆਪਣੇ ਸਾਰੀਆਂ ਸਮੱਸਿਆ ਇੱਥੋਂ ਹੀ ਆਪਣੀਆਂ ਪੂਰੀਆਂ ਕਰਦੇ ਨੇ, ਖਰਚੇ ਪੂਰੇ ਕਰਦੇ ਨੇ ਇਹੀ ਫੈਕਟਰੀ 'ਚੋਂ। ਸਾਨੂੰ ਤਾਂ ਆਪਣੇ ਘਰ ਦਾ ਹੀ ਕੰਮ ਲੱਗਦਾ ਹੋਇਆ, ਅਸੀਂ ਘਰ ਦੇ ਲੇਖਾ ਹੀ ਕੰਮ ਕਰਦੇ ਹਾਂ ਇੱਥੇ, ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਲੇਬਰ ਕਰਦੇ ਹਾਂ, ਅਸੀਂ ਇਹ ਸੋਚਦੇ ਹਾਂ ਆਪਣੇ ਫੈਮਿਲੀ 'ਚ ਹੀ ਕੰਮ ਕਰਦੇ ਹਾਂ, ਇੱਕ ਫੈਮਿਲੀ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ ਇੱਥੇ। ਕਮੇਟੀ ਪਾਉਂਦੇ ਉਹ ਵੀ ਅਸੀਂ ਇੱਥੇ ਸ਼ੁਰੂ ਕੀਤੀ ਹੋਈ ਆ, ਇੱਥੇ ਹੀ ਅਸੀਂ ਸਾਰਾ ਗਰੁੱਪ ਸਾਡਾ ਕਮੇਟੀ ਪਾਉਂਦਾ ਵਾ, ਅਤੇ ਇੱਥੇ ਹੀ ਅਸੀਂ ਇਕੱਠੀ ਕਰ ਲੈਂਦੇ ਜਦੋਂ ਸਾਡੀ ਸੈਲਰੀ ਮਿਲਦੀ ਆ, ਇੱਥੇ ਇਕੱਠੀ ਕਰਕੇ ਜਿਹਦੀ ਵੀ ਕਮੇਟੀ ਨਿਕਲੇ ਉਹਨੂੰ ਇੱਥੇ ਦੇ ਦੀਦੀ ਆ। ਇਸੇ ਤਰੀਕੇ ਨਾਲ ਅਸੀਂ ਗਾਂਹ ਗਾਂਹ ਆਪਣਾ ਕੋਈ ਨਾ ਰੁਜ਼ਗਾਰ ਕਰ ਸਕਦੇ ਹਾਂ, ਕਿਸੇ ਬੱਚੇ ਦੇ ਪੈਸੇ ਲਾ ਦਈਦੇ ਆ, ਕੋਈ ਆਪਣੇ ਘਰ ਦੀ ਚੀਜ਼ ਲੈ ਆਈਦੀ ਆ, ਅਤੇ ਇੱਥੋਂ ਹੀ ਅਸੀਂ ਜੋ ਵੀ ਬਣਾਉਂਦੇ ਹਾਂ ਆਪਣੇ ਇੱਥੋਂ ਕੰਮ ਕਰਕੇ ਬਣਾਉਂਦੇ ਹਾਂ। ਕੌਸ਼ਲ ਸਿੰਘ ਦੀ ਯੂਨਿਟ ਵਿੱਚ ਸਿਰਫ ਗੁੜ ਹੀ ਤਿਆਰ ਨਹੀਂ ਹੁੰਦਾ, ਉਹ ਇਸ ਦੇ ਨਾਲ ਕਈ ਹੋਰ ਪ੍ਰੋਡਕਟਸ ਵੀ ਤਿਆਰ ਕਰਦੇ ਹਨ ਅਤੇ ਔਨਲਾਈਨ ਵਿਕਰੀ ਦਾ ਕੰਮ ਦੇਖਣ ਲਈ ਉਹਨਾਂ ਦੀ ਪੂਰੀ ਇੱਕ ਟੀਮ ਵੀ ਹੈ। ਸਾਡਾ ਬ੍ਰਾਂਡ ਜੈਗਰ ਕੇਨ ਦੇ ਨਾਮ ਤੋਂ ਆ, ਅਤੇ ਸਾਡੇ ਬ੍ਰਾਂਡ ਦਾ ਇੱਕ ਵਿਜ਼ਨ ਆ ਕਿ ਹਰ ਉਹ ਚੀਜ਼ ਦੇ ਵਿੱਚ ਜਿਹ 'ਚ ਸ਼ੂਗਰ ਐਡ ਆ ਉਹ 'ਚ ਆਪਾਂ ਗੁੜ ਨੂੰ ਐਡ ਕਰਨਾ। ਸਾਡੀ ਮਾਰਕੀਟਿੰਗ ਟੀਮ ਹੈ,
ਸਾਡੇ ਕੋਲ ਟੈਕ ਟੀਮ ਆ ਸਾਡਾ, ਆਨਲਾਈਨ ਆਰਡਰਸ ਆਪਣੀ ਵੈਬਸਾਈਟ ਤੋਂ ਐਮਾਜ਼ੋਨ ਤੋਂ ਆਉਂਦੇ ਆ, ਉਹਦੇ ਵਾਸਤੇ ਸਾਡੀ ਅਲੱਗ ਟੀਮ ਹੈ ਸਾਡੀ। ਮੈਂ ਆਪਰੇਸ਼ਨਸ ਵੇਖਦਾ, ਮੈਂ ਖੇਤੀਬਾੜੀ ਨਾਲ ਕਿਸਾਨਾਂ ਨਾਲ ਵੇਖਦਾ, ਸੋ ਆਪਾਂ ਸਾਰੇ ਟੀਮ ਵਰਕ ਆ, ਸਾਰੇ ਮਿਲ ਕੇ ਜਿਹੜੇ ਆ ਉਹ ਕੰਮ ਕਰਦੇ ਹਾਂ।